ਤੂੰ ਮੁਬੱਸਾ ਤੇ ਜਟਾ ਕਰਵਾਈ ਆਖਥੋਂ ਤੂੰ ਸੂਟ ਉੱਤੇ ਬੂਟੀ ਹੀ ਪੁਵਾਈਆ ਕਿਥੋਂ ਤੁਹਾਨੂੰ ਲੱਗਦਾ ਹੈ ਸ਼ੌਂਕੀ ਕਨੇ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਤੇ ਜਿਹੜਾ ਤੁਸੀਂ ਸਕਰੀਨ ਤੇ ਸਟੇਟਸ ਦੇਖ ਰਹੇ ਹੋ ਜੇਕਰ ਤੁਸੀਂ ਇਦਾਂ ਦਾ ਸਟੇਟਸ ਤਿਆਰ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਐਂਡ ਤੱਕ ਦੇਖ ਲਿਓ ਜੇਕਰ ਆਪਣਾ ਚੈਨਲ ਤੁਹਾਨੂੰ ਵਧੀਆ ਲੱਗੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਘੰਟੀ ਦੇ ਬਟਨ ਤੇ ਵੀ ਕਲਿੱਕ ਕਰ ਦਿਆ ਕਰੋ ਤੇ ਇਦਾਂ ਦਾ ਸਟੇਟਸ ਤਿਆਰ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਆਪਣਾ ਕੈਨਵਾਸ ਓਪਨ ਕਰ ਲੈਣਾਗਾ ਕੈਨ ਮਸਟ ਓਪਨ ਕਰਨ ਤੋਂ ਬਾਅਦ ਆਪਾਂ ਕ੍ਰੀਏਟ ਨਿਊ ਤੇ ਕਲਿੱਕ ਕਰਕੇ ਇੱਕ ਬਣ ਇੱਕ ਲਾਪਸ ਆ ਸੈਲੈਕਟ ਕਰਨ ਤੋਂ ਬਾਅਦ ਆਪਾਂ ਨੈਸਟ ਕਰ ਦੇਵਾਂਗੇ ਇਸ ਤੋਂ ਬਾਅਦ ਆਪਣਾ ਜਿਹੜਾ ਫੈਕਟ ਆਗਾ ਆਪਾਂ ਸੈਲੈਕਟ ਕਰ ਲੈਣੇ ਆ ਇਹ ਫੈਕਟ ਆ ਜਿਹੜਾ ਸਕਰੀਨ ਤੇ ਸੈੱਟ ਹੀ ਆਊਗਾ ਇਸ ਤੋਂ ਬਾਅਦ ਆਪਾਂ ਲੇਅਰ ਮੀਟ ਤੇ ਜਾ ਕੇ ਜਿਹੜੀ ਆਪਣੀ ਪੀ ਐਨ ਜੀ ਫੋਟੋ ਆ ਫੋਟੋ ਜਿਹੜੀ ਆਪਾਂ ਸੈਲੈਕਟ ਕਰ ਲੈਣੇ ਆ ਫੋਟੋ ਸੈਲੈਕਟ ਕਰਨ ਤੋਂ ਬਾਅਦ ਆਪਾਂ ਇਦਾਂ ਫੋਟੋ ਨੂੰ ਸਕਰੀਨ ਤੇ ਸੈੱਟ ਕਰ ਦਾਂਗੇ ਸੈੱਟ ਕਰਨ ਤੋਂ ਬਾਅਦ ਆਪਾਂ ਫੋਟ ਦੀ ਜਿਹੜੀ ਐਡਜਸਟਮੈਂਟ ਆ ਇਦਾਂ ਕਰ ਲੈਣੀ ਹੈਗੀ ਤਾਂ ਕਿ ਫੋਟ ਇਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਲੇਅਰ ਆ ਫੋਲ ਕਰਦੇ ਆਂਗੇ ਲੇਅਰ ਫੋਲ ਕਰਨ ਤੋਂ ਬਾਅਦ ਜਿਹੜੀ ਆਪਣਾ ਰੈੱਡ ਸਕਰੀਨ ਬਲਾ ਸਟੇਟਸ ਆ ਆਪਾਂ ਸਿਲੈਕਟ ਕਰ ਲੈਨੇ ਆਂ ਰੈੱਡ ਸਕਰੀਨ ਜਿਹੜੀ ਸਿਲੈਕਟ ਕਰਨ ਤੋਂ ਬਾਅਦ ਆਪਾਂ ਕ੍ਰੋਪ ਕਰ ਲਾਂਗੇ ਜਿਹੜੇ ਪ੍ਰਾ ਦਾ ਆਪਾਂ ਜਿਹੜਾ ਸਟੇਟਸ ਡਾਊਨਲੋਡ ਕੀਤਾਗਾ ਉਹਦਾ ਬਹੁਤ-ਬਹੁਤ ਧੰਨਵਾਦ ਲੋਗੋ ਕ੍ਰੋਪ ਕਰਨ ਤੋਂ ਬਾਅਦ ਆਪਾਂ ਕ੍ਰੋਮਾ ਕੀਤੀ ਜਾ ਕੇ ਇਸ ਨੂੰ ਆਪਾਂ ਨੇਵਲ ਕਰਨੇਗੇ ਨੇਵਲ ਕਰਨ ਤੋਂ ਬਾਅਦ ਇੱਦਾਂ ਤੁਸੀਂ ਇਹਨੂੰ ਇੱਦਾਂ ਸੈੱਟ ਕਰ ਲੈਣਾਗਾ ਨੀਚੇ ਸੈੱਟ ਕਰਨ ਤੋਂ ਬਾਅਦ ਆਪਾਂ ਲੇਅਰ ਮੈਟ ਤੇ ਜਾ ਕੇ ਇੱਕ ਫੋਟੋ ਆ ਜਿਹੜੀ ਸਿਲੈਕਟ ਕਰ ਲਾਂਗੇ ਫੋਟੋ ਸਿਲੈਕਟ ਕਰਨ ਤੋਂ ਬਾਅਦ ਆਪਾਂ ਇਦਾਂ ਇਹਨੂੰ ਟੇਡੀ ਕਰ ਲਾਂਗੇ ਟੇਡਾ ਕਰਨ ਤੋਂ ਬਾਅਦ ਆਪਾਂ ਇਦਾਂ ਸਕਰੀਨ ਦੇ ਨੂੰ ਸੈੱਟ ਕਰ ਦਿਆਂਗੇ ਸੈੱਟ ਕਰਨ ਤੋਂ ਬਾਅਦ ਆਪਾਂ 3 ਡਾਟ ਤੇ ਜਾ ਕੇ ਇਸ ਨੂੰ ਆਪਾਂ ਜਿਹੜਾ ਸੈਂਟ ਟੂ ਬੈਕ ਕਰ ਦਿਆਂਗੇ ਜਿਹੜੀ ਇਹ ਸਟੇਟਸ ਦੇ ਪਿੱਛੇ ਚਲੀ ਜਾਊਗੀ ਜਿਹੜੇ ਅੱਖਰ ਆ ਜਿਹੜੇ ਫਿੱਕੇ ਨਹੀਂ ਨਜ਼ਰ ਆਉਣਗੇ ਉਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਲੇਅਰ ਆ ਫੋਲ ਕਰ ਦਿਆਂਗੇ ਲੇਅਰ ਫੁੱਲ ਕਰਨ ਤੋਂ ਬਾਅਦ ਆਪਾਂ ਲੇਅਰਮੈਟ ਤੇ ਜਾ ਕੇ ਜਿਹੜਾ ਆਪਣਾ ਬਾਰਡਰ ਆਗਾ ਬਾਰਡਰ ਜਿਹੜਾ ਆਪਣਾ ਸਿਲੈਕਟ ਕਰ ਲੈਨੇ ਆ ਇੱਥੇ ਕਿਤੇ ਪਿਆ ਹੋਣਾ ਜਿਹੜਾ ਆਪਣਾ ਬਾਰਡਰ ਬਾਰਡਰ ਸਿਲੈਕਟ ਕਰਨ ਤੋਂ ਬਾਅਦ ਇਹਨੂੰ ਸਪਲੈਂਡਰ ਸਕਰੀਨ ਤੇ ਜਾ ਕੇ ਇਹਨੂੰ ਆਪਾਂ ਫੋਲੋ ਸਕਰੀਨ ਕਰ ਲੈਣਾਗਾ ਫੋਲੋ ਸਕਰੀਨ ਕਰਨ ਤੋਂ ਬਾਅਦ ਆਪਾਂ ਬਲੈਂਡਿੰਗ ਤੇ ਜਾ ਕੇ ਇਸ ਨੂੰ ਆਪਾਂ ਸਕਰੀਨ ਕਰ ਲਾਂਗੇ ਤੇ ਇਹਦੀ ਜਿਹੜੀ ਲੇਅਰ ਆਪਾਂ ਫੁੱਲ ਕਰ ਦੇਾਂਗੇ ਇਸ ਤੋਂ ਬਾਅਦ ਆਪਣਾ ਜਿਹੜਾ ਲੋਗੋ ਰਹਿ ਗਿਆ ਲੋਗੋ ਜਿਹੜਾ ਆਪਣਾ ਸਿਲੈਕਟ ਕਰ ਲੈਨੇ ਆ ਲੋਗੋ ਸਿਲੈਕਟ ਕਰਨ ਤੋਂ ਬਾਅਦ ਆਪਾਂ ਪੈਦਾਕਾਰ ਇਹਦਾ ਛੋਟਾ ਕਰ ਦੇਵਾਂਗੇ ਤੇ ਇੱਥੇ ਕੱਪ ਜਿਹੜੇ ਨੂੰ ਸੈੱਟ ਕਰ ਦੇਵਾਂਗੇ ਸੈੱਟ ਕਰਨ ਤੋਂ ਬਾਅਦ ਆਪਾਂ ਇਹਦੀ ਲੇਅਰ ਹੈ ਜਿਹੜੀ ਫੁੱਲ ਕਰ ਦੇਵਾਂਗੇ ਇਦਾਂ ਤੁਸੀਂ ਜਿਹੜਾ ਸਟੇਟਸ ਤਿਆਰ ਕਰ ਲੈਣਾਗਾ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਬਦੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣਾ ਫੈਕਟ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖ ਲਈ ਧੰਨਵਾਦ ਸ਼ੁਕਰੀਆ